ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਹੈ, ਉਸੀ ਨੂੰ ਲੈ ਕੇ ਹੁਣ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਕੋਸ਼ਿਸ਼ਾਂ ਕਾਫੀ ਤੇਜ਼ ਹੋ ਚੁੱਕੀਆਂ। ਪਾਕਿਸਤਾਨ ਸਰਕਾਰ ਵੱਲੋਂ ਵੀ ਇਹ ਸੰਕੇਤ ਦਿੱਤਾ ਗਿਆ ਕਿ ਕਰਤਾਰਪੁਰ ਲਾਂਘਾ ਸਿੱਖ ਸੰਗਤਾਂ ਲਈ ਖੋਲ੍ਹਿਆ ਜਾਵੇ, ਅਤੇ ਹੁਣ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਹੁਣ ਗੱਲਬਾਤ ਦੀ ਅੱਗੇ ਦੀ ਹੁਣ ਕੀ ਸਥਿਤੀ ਹੈ, ਅਤੇ ਇਸ ਨੂੰ ਹੁਣ ਲੈ ਕੇ ਅੱਗੇ ਸਰਕਾਰਾਂ ਕੀ ਕਦਮ ਚੱਕ ਰਹੀਆਂ, ਇਸ ਨੂੰ ਲੈ ਕੇ ਹੁਣ ਇੱਕ NGO ਯੂਨਾਈਟਿਡ ਸਿੱਖ ਉਹ ਅੱਗੇ ਆਈ ਹੈ, ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਇਹ ਜਿਹੜਾ ਕੋਰੀਡੋਰ ਹੈਗਾ ਇਸ ਦੇ ਉੱਤੇ ਜਿੰਨਾ ਖਰਚਾ ਆਏਗਾ ਉਹ ਦੇਣ ਨੂੰ ਤਿਆਰ ਹੈ। ਸਾਡੇ ਨਾਲ ਇਸ ਸਮੇਂ ਯੂਨਾਈਟਿਡ ਸਿੱਖ ਦੇ ਜਿਹੜੇ ਹੈਗੇ ਇੱਕ ਬੰਦੇ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਭਾਜੀ? ਮੇਰਾ ਅਮਰਜੀਤ ਸਿੰਘ ਹੈ, ਮੈਂ ਯੂਨਾਈਟਿਡ ਸਿੱਖ ਮਿਸ਼ਨ ਦਾ ਕੋਆਰਡੀਨੇਟਰ ਹੈ ਇੱਥੇ ਇੰਡੀਆ ਦੇ ਵਿੱਚ। ਅਮਰਜੀਤ ਜੀ, ਤੁਸੀਂ ਪ੍ਰੈਸ ਕਾਨਫਰੰਸ ਕੀਤੀ ਅਤੇ ਤੁਸੀਂ ਕਿਹਾ ਹੈ ਕਿ ਤੁਸੀਂ ਇਸ ਪ੍ਰੋਜੈਕਟ ਦੇ ਉੱਤੇ ਪਿਛਲੇ 13 ਸਾਲ ਤੋਂ ਲੱਗੇ ਹੋਏ ਹੋ, ਅਤੇ 13 ਸਾਲ ਦੇ ਵਿੱਚ ਇਸ ਕੋਰੀਡੋਰ ਨੂੰ ਖੋਲ੍ਹਣ ਲਈ ਕੀ ਜਿਹੜੀ ਤਿਆਰੀ ਹੈ ਤੁਹਾਡੇ ਵੱਲੋਂ ਕੀਤੀ? 13 ਸਾਲ ਦੇ ਵਿੱਚ ਅਸੀਂ ਪਹਿਲਾਂ ਤਾਂ ਅਮੈਰੀਕਾ ਤੋਂ ਪਾਕਿਸਤਾਨ ਗਵਰਨਮੈਂਟ ਦੇ ਨਾਲ, ਉੱਥੋਂ ਦੇ ਹਾਕਮ ਜਿਹੜੇ ਉਸ ਵੇਲੇ ਉਹਨਾਂ ਨਾਲ ਬਹੁਤ ਗੱਲਾਂ ਹੋਈਆਂ ਨੇ। ਉੱਥੇ ਜਾ ਕੇ ਵੀ ਇੱਧਰ ਇੰਡੀਆ ਦੇ ਵਿੱਚ ਜਿਵੇਂ ਡਾਕਟਰ ਮਨਮੋਹਨ ਸਿੰਘ ਸੀਗੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਲੈਵਲ 'ਤੇ ਉਦੋਂ ਐਕਸਟਰਨਲ ਅਫੇਅਰ ਮਿਨਿਸਟਰ ਸੀਗੇ ਪ੍ਰਣਾਮ ਮੁਖਰਜੀ, ਉਹਨਾਂ ਨਾਲ ਜਾਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀਗੇ, ਇਹਨਾਂ ਨੇ ਵੀ ਬੜਾ ਯੋਗਦਾਨ ਪਾਇਆ, ਉਦੋਂ ਵੀ ਮਤਾ ਪਾਸ ਕੀਤਾ ਸੀ, ਐਤਕੀ ਫਿਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ। ਸੋ ਕੋਸ਼ਿਸ਼ਾਂ ਬਹੁਤ ਜ਼ਿਆਦੀਆਂ ਉੱਥੋਂ ਦੀ ਹਕੂਮਤ ਨੇ ਕਿਉਂਕਿ ਜਿਹੜਾ ਜ਼ਿਆਦਾ ਹਿੱਸਾ ਹੈ ਨਾ ਕੋਰੀਡੋਰ ਦਾ, ਇਹ ਬਣਨਾ ਪਾਕਿਸਤਾਨ ਵਾਲੇ ਪਾਸੇ। ਪਾਕਿਸਤਾਨ ਹਕੂਮਤ ਨੇ ਸਾਨੂੰ ਅੱਜ ਤੋਂ 10 ਸਾਲ ਪਹਿਲਾਂ ਇਹ ਵਿਸ਼ਵਾਸ ਵੀ ਦਿੱਤਾ ਸੀਗਾ ਵੀ ਤੁਸੀਂ ਇਸ ਕੋਰੀਡੋਰ 'ਤੇ ਕੰਮ, ਔਰ ਕੰਮ ਕੀਤਾ ਵੀ। ਅਮੈਰੀਕਾ ਤੋਂ ਇੰਜੀਨੀਅਰ ਜਿਹੜੇ ਸੀਗੇ, ਬੜੇ ਟੌਪ ਦੇ ਜਿਹੜੇ ਇੰਜੀਨੀਅਰ ਹੈ, ਉਹ ਅਸੀਂ ਉੱਥੇ ਪਾਕਿਸਤਾਨ ਲੈ ਕੇ ਵੀ ਗਏ, ਔਰ ਉਹਨਾਂ ਨੇ ਉਹ ਸਾਰੇ ਜਿਹੜਾ ਲਾਂਘਾ ਬਣਨਾ, ਜਿਹੜਾ ਪੀਸ ਕੋਰੀਡੋਰ ਬਣਨਾ, ਉਹਦੇ 'ਚ ਸਿਕਿਉਰਿਟੀ ਪੁਆਇੰਟ ਆਫ ਵਿਊ ਨੂੰ ਲੈ ਕੇ ਜੋ ਵੀ ਅਰੇਂਜਮੈਂਟ ਹੋਣੇ ਹੈ, ਬਹੁਤ ਬਰੀਕੀ ਦੇ ਨਾਲ ਉਹ ਸਾਰਾ ਜਿਹੜੇ ਨਕਸ਼ੇ ਹੈ ਉਹ ਤਿਆਰ ਵੀ ਕੀਤੇ, ਔਰ ਪਾਕਿਸਤਾਨ ਗਵਰਨਮੈਂਟ ਨੂੰ ਉਹ ਨਕਸ਼ੇ ਅਸੀਂ ਸਬਮਿਟ ਵੀ ਕੀਤੇ ਹੈ। ਪਰ ਅਮਰਜੀਤ ਜੀ, ਜਿਹੜਾ ਸਭ ਤੋਂ ਵੱਡਾ ਇਹਦੇ 'ਤੇ ਸਵਾਲ ਹੈ ਕਿ ਸਿਕਿਉਰਿਟੀ ਰੀਜ਼ਨ ਸਭ ਤੋਂ ਵੱਡਾ ਇੱਕ ਰੀਜ਼ਨ ਹੈ ਜਿਹਦੇ ਕਾਰਨ ਇਸ ਕੋਰੀਡੋਰ ਨੂੰ ਖੋਲ੍ਹਣਾ ਜਾਂ ਬਣਾਉਣਾ ਹਾਲੇ ਤੱਕ ਸੰਭਵ ਨਹੀਂ ਹੋ ਪਾਇਆ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਤੁਸੀਂ ਇੱਕ ਬਲੂ ਪ੍ਰਿੰਟ ਤਿਆਰ ਕੀਤਾ ਹੈ ਉਹਦੇ ਵਿੱਚ ਇਸ ਸਿਕਿਉਰਿਟੀ ਦੇ ਮੁੱਦੇ ਨੂੰ ਵੀ ਤੁਸੀਂ ਚੱਕਿਆ ਹੈ, ਅਤੇ ਸਰਕਾਰਾਂ ਇਸ ਨਾਲ ਕਿਸ ਤਰੀਕੇ ਨਾਲ ਨਜਿੱਠਣਗੀਆਂ? ਕਿਉਂਕਿ ਸਰਕਾਰਾਂ ਦਾ ਦਾਅਵਾ ਇਹ ਹੈ ਕਿ ਜਿਵੇਂ ਪਾਕਿਸਤਾਨ ਦੇ ਇੰਡੀਆ ਦੇ ਵਿੱਚ ਜਿਹੜੇ ਜਿਸ ਤਰੀਕੇ ਦੇ ਹਮੇਸ਼ਾ ਰਿਸ਼ਤੇ ਜਿਹੜੇ ਖਟਾਸ 'ਚ ਜਾਂਦੇ ਹੈ, ਉਹ ਇਸ ਕੋਰੀਡੋਰ ਖੋਲ੍ਹਣ ਦੇ ਨਾਲ ਹੋਰ ਜਿਹੜੀ ਕੰਮ ਉਹ ਖਰਾਬ ਨਾ ਹੋ ਜਾਵੇ, ਇਸ ਲਈ ਉਹ ਨਹੀਂ ਖੋਲ੍ਹ ਰਹੇ? ਨਹੀਂ, ਕੋਈ ਹੁਣ ਐਸੀ ਗੱਲ ਨਹੀਂ ਹੈਗੀ। ਹੁਣ ਜਿਹੜੇ ਹਾਲਾਤ ਹੈ ਨਾ, ਬਹੁਤ ਬਦਲ ਚੁੱਕੇ ਹੈ, ਕਿਉਂਕਿ ਨਵੀਂ ਹਕੂਮਤ ਜਿਹੜੀ ਬਣੀ ਹੈ ਪਾਕਿਸਤਾਨ ਦੇ ਵਿੱਚ, ਉਹ ਇੰਡੀਆ ਦੇ ਨਾਲ ਕੋਈ ਹੁਣ ਅਮਨ ਚਾਹੁੰਦੀ ਹੈ, ਔਰ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਪੈਸ਼ਲ ਉਹ ਪ੍ਰਾਈਮ ਮਿਨਿਸਟਰ ਦੇ ਇਨਵੀਟੇਸ਼ਨ 'ਤੇ ਜਾ ਕੇ ਵੀ ਆਏ ਹੈ, ਔਰ ਉੱਥੇ ਵੀ ਮੇਨ ਜਿਹੜਾ ਇਸ਼ੂ ਹੈ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਬਾਰੇ ਪ੍ਰਾਈਮ ਮਿਨਿਸਟਰ ਵੱਲੋਂ, ਉੱਥੋਂ ਦੇ ਐਕਸਟਰਨਲ ਅਫੇਅਰ ਮਿਨਿਸਟਰ ਵੱਲੋਂ ਬੜਾ ਆਸ਼ਵਾਸਨ ਜਿਹੜਾ ਆ ਉਹ ਦਿੱਤਾ ਗਿਆ ਵੀ ਅਸੀਂ ਗੁਰੂ ਨਾਨਕ ਦੇ ਜਿਹੜਾ ਪ੍ਰਕਾਸ਼ ਪੁਰਬ ਆ ਰਿਹਾ 2019 ਦੇ ਵਿੱਚ, ਉਦੋਂ ਅਸੀਂ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਸਹਿਮਤੀ ਬਣ ਸਕਦੀ ਹੈ। ਪਰ ਇਹਦੇ 'ਚ ਅਮਰਜੀਤ ਜੀ ਕਿੰਨਾ ਖਰਚਾ ਆਉਂਦੀ ਹੈ ਜਿਹੜਾ ਖਰਚਾ ਤੁਸੀਂ ਜਿਹੜੇ ਇੱਕ ਬਲੂ ਪ੍ਰਿੰਟ ਤਿਆਰ ਕੀਤਾ ਹੈ, ਇੱਕ DPR ਤਿਆਰ ਕੀਤੀ, ਉਹਦੇ ਕਿੰਨਾ ਖਰਚਾ ਇਹਦੇ 'ਤੇ? ਦੇਖੋ, ਜਦੋਂ ਇਹ ਅਸੀਂ 2011-12 ਦੇ ਵਿੱਚ ਇਹ ਲਗਭਗ $16 ਮਿਲੀਅਨ ਦਾ ਜਿਹੜਾ ਆਰਚੀਟੈਕਟ ਨੇ, ਉੱਥੋਂ ਦੇ ਜਿਹੜੇ ਪਾਕਿਸਤਾਨ ਦੇ ਆਰਚੀਟੈਕਟ ਆ ਔਰ ਜਿਹੜੇ ਅਮੈਰੀਕਾ ਦੇ ਆ, ਉਹਨਾਂ ਨੇ ਜਿਹੜਾ ਇਹ ਤਿਆਰ ਕੀਤੇ $16 ਮਿਲੀਅਨ। ਚਲੋ ਅੱਜ ਇਹ ਵੱਧ ਕੇ $18 ਮਿਲੀਅਨ ਦੇ ਕਰੀਬ ਜਿਹੜਾ ਖਰਚਾ ਹੈਗਾ ਉਹ ਲਗਭਗ ਹੋ ਸਕਦਾ, ਔਰ ਇਹ ਜਿਹੜਾ ਖਰਚਾ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਅਮੈਰੀਕਾ ਦੇ ਵਿੱਚ ਜਿਹੜੇ ਗੁਰੂ ਨਾਨਕ ਨਾਮ ਲੇਵਾ 13 ਕਰੋੜ ਦੇ ਕਰੀਬ ਲੋਕ ਨੇ ਜਿਹੜੇ ਗੁਰੂ ਨਾਨਕ ਨੂੰ ਮੰਨਦੇ ਆ, ਇਹਦੇ 'ਚ 2-3 ਸਿੱਖ ਵੀ ਹੈਗੇ ਆ, ਹਿੰਦੂ ਵੀ ਹੈਗੇ, ਸਿੰਧੀ ਲੋਕ, ਮੁਸਲਮਾਨ ਸਿੰਧੀ ਲੋਕ ਵੀ ਨੇ, 13 ਕਰੋੜ ਦੇ ਲਗਭਗ ਬਣਦੇ ਆ। ਸੋ ਮੇਰਾ ਮੰਨਣਾ ਆ ਵੀ ਇਹ ਗੁਰੂ ਨਾਨਕ ਦਾ ਆਪਣਾ ਕੰਮ ਆ, ਇਹਦੇ ਵਿੱਚ ਜਿਹੜੀਆਂ ਅੜਚਣਾਂ ਨਾ, ਸਿਕਿਉਰਿਟੀ ਦੇ ਮਸਲੇ ਨੂੰ ਗਵਰਨਮੈਂਟ ਲੈਵਲ 'ਤੇ
गवर्नमेंट दोनों सरकारां ये मसले हल हो सकते हैं। कोई ऐसी गल नहीं है कि गिण के जाने हैं बंदे, गिण के वापस आ जाने हैं। अमरजीत जी, मेरा आखिरी सवाल सीधा सवाल है, ये सारा कुछ जड़ा हो रहा है, भावें नवजोत सिंह सिद्धू होए, भावें कैप्टन अमरिंदर सिंह होन, ये भी पहला काफ़ी कोशिश कर चुके हैं। नवजोत सिंह सिद्धू कहता है कि ये मैं उधर गया तो उस तो बाद सारा कुछ होया है, ये जड़ा सारा कुछ हो रहा है, तुम्हें लगता नहीं सिर्फ तो सिर्फ क्रैडिट वॉर की हूँ गेम शुरू हो गई है, इस क्रैडिट लैन ये सारा कुछ हो रहा है, तो सिख भावनाओं जरा उसते हूँ जी राजनीतिकरण की जी कोशिश की जा रही है? नो, बिल्कुल नहीं। असी कैप्टन अमरिंदर सिंह नूं भी मिले हैं, असी नवजोत सिद्धू नूं भी, उन्होंने कोई ये क्रैडिट की गल नहीं की। वो तो ये चाहते है भी जिहड़ा ये लंघ आया ना वो गुरु नानक साहब के प्रकाश पुरब जिहड़ा सारी दुनिया के मनाउणा, और हिंदुस्तान के प्राइम मिनिस्टर ये एग्री कर चुके हैं भी जिहड़ा गुरु नानक साहब का 550वां प्रकाश पुरब है ये साडी लाइफ के हो सकता है, जिहड़ा 600 साल का पुरब वो असी साडे चो शायद ही कोई देख सके। सो इस जिहड़े प्रकाश पुरब ते ये लांघा खोलण लई दोनों सरकारां आपसी सहमति दे नाल जरूर सहमत हो जाएगी। बिल्कुल, ये सीगे अमरजीत सिंह जिहड़े कि कोआर्डीनेटर है यूनाइटेड सिख मिशन दे, जिहड़े कि साफ दस रहे सीगे जी कि करतारपुर कोरीडोर खोलण लई इहनां दी संस्था पूरा खर्चा चक्कर नूं तैयार है, हालांकि सरकार इस दे उत्ते सिर्फ सुरक्षा दा एक वड्डा कारण दस रही जिहदे कारण इस लांघे नूं नहीं खोल रही। इहनां वल्लों साफ कहा गया है कि पैसे दी किसी तरीके दी अड़चन उह सामने ना आए, इसी लई इहनां दी संस्था वल्लों इह पूरा खर्चा जिहड़ा उह कीता जाएगा। चंडीगढ़ तो कैमरामैन आदित्य गुप्ता दे नाल अंकुश महाजन, दैनिक सवेरा टीवी।